ਅੱਜ ਦੀ ਵੀਡੀਓ ਦਾ ਬ੍ਰਾਂਡ ਜੋੜਾ ਵੇ ਇਹ ਝੋਟੀ ਨੰਬਰ 10 ਏ ਭਾਈ ਯਾਸੀਨ ਸਾਹਿਬ ਕੋਲ ਕਾਲੇ ਰੰਗ 'ਚ 5 ਕਲਿਆਨ ਭਾਈ ਹਸਨੈਨ ਕੋਲ ਬੁਰੇ ਰੰਗ 'ਚ 5 ਕਲਿਆਨ ਮਾਸ਼ਾਅੱਲਾ ਜੀ ਦੋਵੇਂ ਪਹਿਲਨ ਨੇ ਦੋਵੇਂ ਗੱਬਣ ਨੇ ਦੋਵੇਂ ਚਾਰ ਚਾਰ ਦੰਦ ਨੇ ਮਾਸ਼ਾਅੱਲਾ ਜੀ ਅੱਜ ਦੀ ਵੀਡੀਓ ਦੀਆਂ ਬ੍ਰਾਂਡ ਝੋਟੀਆਂ ਨੇ ਭਾਈ ਜ਼ਰਾ ਆਪ ਹੀ ਪਰਲੇ ਹੱਥ ਹੋ ਕੇ ਲੰਮੀ ਢੋਰਨੀ ਭਾਈ ਯਾਸੀਨ ਚਸ ਕਰਵਾਉਣੀ ਹੈ ਆਪ ਹੀ ਪਰਲੇ ਹੱਥ ਹੋਣਾ ਜ਼ਰਾ ਇਹ ਮਾਸ਼ਾਅੱਲਾ ਜੀ ਟੋਰ ਵੇਖਣੀ ਹੈ ਟੋਰਨ ਵਾਲੀ ਚੀਜ਼ਾਂ ਹੈ ਹੀ ਨਵਾਬ ਨੇ ਫਿਰ ਜ਼ਰਾ ਪਰਤਾ ਕੇ ਲਿਆਇਆ ਅੱਜ ਪਰਤਾ ਕੇ ਲਿਆਇਆ ਬਾਈ ਜਾਨ ਜ਼ਰਾ ਪਰਤਾ ਕੇ ਲਿਆਇਓ ਜੀ ਸਲਾਮ ਅਲੈਕੁਮ ਸਜਣੋ ਤੇ ਬੇਲੀਓ ਉਮੀਦ ਕਰਨਾ ਕਿ ਸਾਰੇ ਦੋਸਤ ਅਹਿਬਾਬ ਅੱਲਾਹ ਪਾਕ ਦੇ ਫਜ਼ਲ ਤੇ ਕਰਮ ਦੇ ਨਾਲ ਹੈਰੀਅਤ ਨਾਲ ਹੁੰਦੇ ਅੱਜ ਦਿਨ ਜੀ ਸੋਮਵਾਰ ਦਾ ਅਤੇ ਇਸ ਟਾਈਮ ਫਹਿਰ ਸਿਆਲਕੋਟ ਸਿਆਲਕੋਟ ਦੇ ਨਾਮੂਰ ਜ਼ਿੰਦਾ ਦਿਲ ਬ੍ਰਾਂਡ ਵਪਾਰੀ ਅਤੇ ਸ਼ੇਰੇ ਪੰਜਾਬ ਮੁਹੰਮਦ ਯਾਸੀਨ ਸਾਹਿਬ ਦੇ ਡੇਰੇ 'ਤੇ ਮੌਜੂਦ ਹਾਂ ਅਤੇ ਮਾਸ਼ਾਅੱਲਾ ਜੀ ਭਾਈ ਯਾਸੀਨ ਸਾਹਿਬ ਨੇ ਅੱਜ ਰਿਕਾਰਡ ਕਾਇਮ ਕੀਤਾ ਦਿਲ ਖੁਸ਼ ਕੀਤਾ ਮਿਹਨਤ ਕਰਕੇ ਦੋਸਤਾਂ ਵਾਸਤੇ ਯਾਰਾਂ ਖੂਬਸੂਰਤ ਅਸਲੀ ਅਤੇ ਨਸਲੀ ਪਿਓਰ ਨੀਲੀ ਦੀਆਂ ਬ੍ਰਾਂਡ ਝੋਟੀਆਂ ਲੈ ਕੇ ਆਏ ਨੇ ਜਿਨ੍ਹਾਂ 'ਚ ਮਾਸ਼ਾਅੱਲਾ ਜੀ 5 ਪਹਿਲਨ ਝੋਟੀਆਂ ਵੀ ਮੌਜੂਦ ਨੇ ਸਾਰੇ ਜਾਨਵਰਾਂ ਦੀ ਤਸੱਲੀ ਕਰਵਾਉਂਦੇ ਹਾਂ ਅਤੇ ਇਹਨਾਂ ਦਾ ਜਿਹੜਾ ਪਿਆਰ ਮੁਹੱਬਤ ਵਾਲਾ ਜਾਇਜ਼ ਮੁਨਾਸਬ ਰੇਟ ਹੈ ਉਹ ਵੀ ਮਲੂਮ ਕਰਨੇ ਆ ਸਾਰੇ ਦੋਸਤਾਂ ਅੱਗੇ ਗੁਜ਼ਾਰਿਸ਼ ਹੈ ਜੀ ਵੀਡੀਓ ਨੂੰ ਮੁਕੰਮਲ ਲਾਜ਼ਮੀ ਵੇਖਣਾ ਅਤੇ ਕਮੈਂਟ ਕਰਕੇ ਆਪਣੀ ਰਾਏ ਦਾ ਇਜ਼ਹਾਰ ਵੀ ਕਰਨਾ ਭਾਈ ਯਾਸੀਨ ਸਾਹਿਬ ਆਓ ਜੀ ਸਾਹਮਣੇ ਜੀ ਅਸਲਾਮ ਅਲੈਕੁਮ ਵਾਲੇਕੁਮ ਸਲਾਮ ਜੀ ਜੀ ਭਾਈ ਯਾਸੀਨ ਸਾਹਿਬ ਕੀ ਹਾਲ ਹੈ ਠੀਕ ਹੋ ਬੜਾ ਸ਼ੁਕਰ ਕਰਾਂ ਮੈਂ ਦੁਆਵਾਂ ਫਰਾਦ ਭਾਈ ਤੁਸੀਂ ਸੁਣਾਓ ਅੱਲਾਹ ਪਾਕ ਦਾ ਬੜਾ ਸ਼ੁਕਰ ਹੋ ਤੁਸੀਂ ਜ਼ਿਆਦਾ ਬੜਾ ਕਰਾਂ ਮੈਂ ਯਾਸੀਨ ਇੱਕ ਬ੍ਰਾਂਡ ਹੈ ਜਦੋਂ ਜਨਾਬ ਦੇ ਡੇਰੇ ਤੇ ਹੁੰਦੇ ਆ ਦਿਲ ਖੁਸ਼ ਹੁੰਦਾ ਵੇ ਅੱਜ ਤੁਹਾਡੀ ਮਿਹਨਤ ਪਹਿਲੇ ਦੀ ਨਿਸਬਤ ਵੀ ਜ਼ਿਆਦਾ ਵੇ ਬ੍ਰਾਂਡ ਝੋਟੀਆਂ ਨੇ ਮਾਸ਼ਾਅੱਲਾ ਜੀ 5 ਕਲਿਆਨ ਝੋਟੀਆਂ ਦਾ ਵੀ ਸ਼ੋਅ ਕਰਵਾਵਾਂਗੇ ਆਲਰੇਡੀ ਦੋਸਤ ਜਨਾਬ ਦੇ ਨਾਮ ਤੋਂ ਜਨਾਬ ਦੇ ਕੰਮ ਤੋਂ ਵਾਕਫ ਨੇ ਦੋਸਤਾਂ ਨੂੰ ਫਿਰ ਆਪਣਾ ਤੇ ਆਪਣੇ ਡੇਰੇ ਦਾ ਵੀ ਮੁਕੰਮਲ ਤਾਰਫ ਕਰਵਾ ਦਿਓ ਸਾਰੇ ਭਰਾਵਾਂ ਦੀ ਮਿਹਰਬਾਨੀ ਹੈ ਦੋਸਤ ਪਸੰਦ ਕਰਦੇ ਨੇ ਅਤੇ ਇਸ ਬਾਰੇ ਸ਼ੌਕ ਵੱਧਦਾ ਜਾਂਦਾ ਪਹਿਲਾਂ ਮਾਸ਼ਾਅੱਲਾ ਜੀ ਹਾਂ ਅਤੇ ਬਸ ਉਹ ਸਹੁਰੇ ਰੱਬਦਾ ਕਰਾਂ ਮੈਂ ਬੇਸ਼ੱਕ ਠੀਕ ਹੈ ਅਤੇ ਸਾਡੇ ਅਸੀਂ ਤਾਂ ਲੋਕਾਂ ਦੇ ਆਟੇ 'ਚ ਲੂਣ ਬਰਾਬਰ ਵੀ ਨਹੀਂ ਜੇ ਠੀਕ ਹੈ ਅਸੀਂ ਕਿਤੋਂ ਇਹ ਰੱਬ ਦੀ ਦੇਣ ਜੇ ਬੇਸ਼ੱਕ ਮਾਸ਼ਾਅੱਲਾ ਜੀ ਬੜੀ ਅੱਛੀ ਸੋਚ ਹੈ ਹਾਂਜੀ ਐਡਰੈਸ ਵੀ ਦੋਸਤਾਂ ਨੂੰ ਸਮਝਾ ਦਿਓ ਸੀਲ ਪਸਰੂਰ ਜ਼ਿਲ੍ਹਾ ਸਿਆਲਕੋਟ ਪਿੰਡ ਡੱਲ ਅੜੇ ਪਟਿਆਣੇ ਤੋਂ 3 ਕਿਲੋਮੀਟਰ ਸੋਧਰੇ ਕੀ ਸਟਾਫ ਹੈ 2 ਕਿਲੋਮੀਟਰ ਸਾਡਾ ਪਿੰਡ ਹੈ ਜੇ ਚਵਿੰਡੇ ਵੱਲੋਂ ਆਈਏ ਤਾਂ ਫਿਰ ਵੀ ਸੋਧਰੇ ਕੀ ਸਟਾਫ ਤੋਂ ਅੱਗੋਂ ਸਾਡਾ ਪਿੰਡ ਹੈ 2 ਕਿਲੋਮੀਟਰ ਜੇ ਸਿਆਲਕੋਟ ਭਾਗੋਵਾਲ ਰੋਡ ਤੋਂ ਆਈਏ ਤੇ ਕਖਾਣੀ ਤੋਂ 3 ਕਿਲੋਮੀਟਰ ਸਾਡਾ ਪਿੰਡ ਹੈ ਜੀ ਬਿਹਤਰ ਹੋ ਗਿਆ ਖੜਾ ਕੇ ਅੱਜ ਇਨਸ਼ਾਅੱਲਾ ਆਓ ਜੀ ਭਾਈ ਹਸਨੈਨ ਜ਼ਰਾ ਤਵੱਜੋ ਕਰਨੀ ਹੈ ਮਾਲ ਚੰਗਾ ਤੁਹਾਡੀ ਵਜ੍ਹਾ ਤੋਂ ਵੀਡੀਓ ਅੱਛੀ ਬਣਨੀ ਹੈ ਮਾਸ਼ਾਅੱਲਾ ਜੀ ਝੋਟੀ ਨੰਬਰ 1 ਆ ਗਈ ਇੱਥੇ ਪਹਿਲੇ ਖਿਲਾਰਨੀ ਹੈ ਜਿਹੜਾ ਜਾਨਵਰ ਖੋਲਣਾ ਵੇ ਜ਼ਰਾ ਖਿਲਾਰਿਓ ਸਿੱਧੀ ਕਰਿਓ ਕੈਮਰੇ 'ਚ ਮੁਕੰਮਲ ਨਜ਼ਰ ਆਉਂਦੀ ਵੀ ਜਸਾਮਤ ਦੋਸਤਾਂ ਵੇਖ ਲੈਣੀ ਹੈ ਵੀ ਪਹਿਲਾਂ ਨੇ ਜੀ ਕਿੰਨੇ ਦੰਦੇ ਭਾਈ ਯਾਸੀਨ ਸਾਹਿਬ ਹੈ 4 ਦੰਦੇ ਮਾਸ਼ਾਅੱਲਾ ਜੀ ਭਾਈ ਲਾ ਜ਼ਰਾ ਸਿੱਧੀ ਕਰਵਾਉਣੀ ਚਿਹਰਾ ਵੀ ਦੋਸਤਾਂ ਵੇਖ ਲੈਣਾ ਮਾਸ਼ਾਅੱਲਾ ਜੀ ਪਹਿਲਾਂ ਹੋ ਕੇ ਜਿਹੜੇ ਥਲ ਲੱਗੇ ਨੇ ਦੋਸਤਾਂ ਉਹ ਚੈੱਕ ਕਰਨੇ ਨੇ 4 ਦੰਦੇ ਭਾਈ ਹਲਕੀ ਜੀ ਟੋਰ ਕੇ ਲਿਆਓ ਥਾਲਾਂ ਦੀ ਵੰਡ ਪਿਆਰੀ ਹੈ ਐਂ ਜੀ ਜਿਵੇਂ ਪੀੜੀ ਦੇ ਪਾਵੇ ਲੱਗੇ ਹੋ ਲੋ ਕੀਤੀ ਹੈ ਸੂਈ ਹੈ ਜੀ ਇਹ ਸੁਬਾ ਸੂਈ ਹੈ ਜੇ ਅੱਛਾ ਕੋ 7 ਵਜੇ ਨਾਲ ਠੀਕ ਹੈ ਕੋ 7 ਵਜੇ 7:30 ਵਜੇ ਚਵਾਈ ਕੀਤੀ ਜੇ ਪਹਿਲੀ ਅੱਛਾ ਅੱਜ ਸੁਬਾ ਸੂਈ ਹੈ ਤਕਰੀਬਨ 7:30 ਵਜੇ ਚਵਾਈ ਕੀਤੀ ਹੈ 3:17 ਹੋਏ ਨੇ ਪੂਰੀ ਸਾਫ ਕੀਤੀ ਠੀਕ ਹੈ ਪੁੱਠਾ ਵੀ ਦੋਸਤਾਂ ਵੇਖ ਲੈਣਾ ਦੂਸਰਾ ਭਾਈ ਯਾਸੀਨ ਸਾਹਿਬ ਦੀ ਇੱਕ ਵੀ ਹੋਬੀ ਹੈ ਕਿ ਜਾਨਵਰਾਂ ਨੂੰ ਡੱਕਾ ਵਗੈਰਾ ਨਹੀਂ ਲਾਉਂਦੇ ਮਾਸ਼ਾਅੱਲਾ ਜੀ ਟਾਈਮ ਦੇ ਟਾਈਮ 'ਚ ਆਉਂਦੇ ਨੇ ਇਹਦੇ ਵਾਲੇ 24 ਘੰਟੇ ਵੀ ਮੁਕੰਮਲ ਨਹੀਂ ਹੋਏ ਸੁਬਾ 7:30 ਵਜੇ ਚਵਾਈ ਹੋਈ ਉਹ ਤੋਂ ਤਕਰੀਬਨ 3:00 ਤੇ ਕੋਈ 17:18 ਹੋਏ ਨੇ ਮਾਸ਼ਾਅੱਲਾ ਜੀ ਲੱਗਿਆ ਤੇ ਜਾ ਨਹੀਂ ਚਟਿਆ ਝੋਟੀ ਨੂੰ ਠੀਕ ਅੱਛਾ ਚਵਾਈ ਕਿੰਜ ਕੀਤੀ ਪਹਿਲੀ ਟੀਕਾ ਲਾ ਕੇ ਤੇ ਭਾੜਾ ਚੋਕਰ ਪਾ ਕੇ ਠੀਕ ਹੈ ਟੀਕਾ ਲਾ ਕੇ ਪਹਿਲੀ ਚਵਾਈ ਹਾਂਜੀ ਤੇ ਜਾਲ ਹੀ ਨਹੀਂ ਲਿਆ ਦੇ ਜਾ ਕਿਹੜਾ ਵੇਦਾ ਆਹ ਕੱਟੀ ਬੱਚੀ ਇਹ ਪਿੱਛੇ ਦੇ ਕੱਟੀ ਮਾਸ਼ਾਅੱਲਾ ਜੀ ਕਰਮਲੀਆਂ ਆ ਵੀ ਦੋਨੇ ਪਹਿਲੀ ਚਵਾਈ 'ਚ ਬੋਲੀ ਕਿੰਨੀ ਕੱਢੀ ਹੈ ਜੀ ਪਹਿਲੀ ਚਵਾਈ 'ਚ ਬੋਲੀ ਕੋ 5 ਕਿਲੋ ਕੱਢੀ ਜੇ 5 ਕਿਲੋ ਕੀ ਰੇਟ ਹੈ ਭਾਈ ਯਾਸੀਨ ਸਾਹਿਬ ਦਾ ਇਹਦਾ 3,70,000 ਕਰਮਲੀਆਂ ਆ ਵੀ ਦੋ ਨੇ ਜਾ ਨੇ ਨਹੀਂ ਲਿਆ ਪਹਿਲਾਂ ਨੇ ਅਗਰ ਕੋਈ ਦੋਸਤ ਮਿਹਨਤ ਕਰੇਦਾ ਤੇ ਜਾ ਤੇ ਲੱਗ ਜੇਗੀ ਲੱਗ ਜੇਗੀ ਇੱਕ ਗੱਲ ਹੈ ਕਿ ਰਾਤੀ ਆਈਆਂ ਥੱਕੀਆਂ ਰਾਤੀ ਕੋਈ 12-1 ਵਜੇ ਨਾਲ ਠੀਕ ਹੈ ਰਾਤੀ ਆਈਆਂ ਨੇ ਤੇ ਇਸ ਵਜ੍ਹਾ ਤੂੰ ਗੱਡੀ 'ਚ ਵਾਧਾ ਘਾਟਾ ਕਰ ਜਿਹਦੇ ਆਉਂਦੇ ਆ ਸਾਰੀ ਸੁਪਈਏ ਅਤੇ ਭੌਂ ਚੜੇ ਹਨ ਚਲੋ ਅੱਲਾ ਹੈ ਰੱਖੇ ਅੱਗੇ ਭਾਈ ਲਿਆਓ ਜੀ ਨੰਬਰ 2 ਵਾਲੀ ਅੱਗੇ ਆ ਗਈ ਮਾਸ਼ਾਅੱਲਾ ਜੀ ਨੰਬਰ 2 'ਤੇ ਦੋਵੇਂ ਭਾਈ ਸਿੰਘ ਲਾਵੋ ਐਂ ਜੱਥ ਕਰਕੇ ਜ਼ਰਾ ਇਹ ਮਾਸ਼ਾਅੱਲਾ ਚਿਹਰਾ ਤਾਂ ਸਾਹਮਣੇ ਕਰੋ ਹਾਂ ਫੂਕ ਮਾਰਿਆ ਮਾਸ਼ਾਅੱਲਾ ਜੀ ਇਹ ਚੈੱਕ ਕਰੋ ਜੀ ਇਹ ਵੀ ਮਾਸ਼ਾਅੱਲਾ ਜੀ ਮੀਣੀ ਟੋਰੇ ਭਾਈ ਜਾਨ ਸਿੰਘ ਦੋਵੇਂ ਹਿਲਦੇ ਨੇ ਤੁਸੀਂ ਭਾਈ ਯਾਸੀਨ ਕੀ ਕਿਹਾ ਮੈਂ ਕਿਹਾ ਫੂਕ ਮਾਰੇ ਹਿਲਦੇ ਨੇ ਸਿੰਘ ਦੇ ਤੁਰਦੇ ਵੀ ਹਿਲਦੇ ਮਾਸ਼ਾਅੱਲਾ ਜੀ ਯਾਨੀ ਕਿ ਮੀਣੀ ਹੈ ਕਲੀਅਰ ਮੀਣੀ ਹੈ ਦੋਵੇਂ ਸਿੰਘ ਹਿਲਦੇ ਨੇ ਗੱਬਣ ਹੈ ਜੀ ਗੱਬਣ ਦੇ
ਸਵਾ ਕਿਨਵਾ ਸੋਹਣਾ ਇਹਨੇ ਦੂਸਰਾ ਸਵਾ ਦੂਸਰਾ ਸੋਹਣਾ ਮਾਸ਼ਾਅੱਲਾ ਜੀ ਪੂਰੀ ਨਵਾਬ ਚੀਜ਼ ਹੈ ਥਣ ਦੋਸਤਾਂ ਵੇਖ ਲੈਣੇ ਨੇ ਮਾਸ਼ਾਅੱਲਾ ਜੀ ਸੋਹਣੇ ਮੁੱਠੀ ਥਣ ਨੇ ਦਿਨ ਕਿਨੇ ਖਿਲਾਰੀ ਹੈ ਭਾਈ ਯਾਸੀਨ ਸਾਹਿਬ ਹੈ ਇੱਕ ਤਰੇ ਚਾਰ ਦੇ ਲੈ ਭਾਈ ਜਾਨ ਖਿਲਾ ਰਿਓ ਪੁੱਠਾ ਵੀ ਦੋਸਤਾਂ ਵੇਖ ਲੈਣਾ ਬਰੀਕ ਚਮੜੀ ਹੈ ਸਿਹਤਮੰਦ ਹੈ ਦਿਨ ਭਾਈ ਇਹਨਾਂ ਤਕਰੀਬਨ ਤਿੰਨ ਚਾਰ ਦੱਸੇ ਨੇ ਜਿਹੜੇ ਦਿਨ ਦੱਸੀ ਨੇ ਕੋ ਦੋ ਚਾਰ ਦਿਨ ਉੱਤੇ ਥੱਲੇ ਇਹ ਪੂਰੇ ਜਿਹੜੇ ਟਰੱਕ ਦੀ ਵਜ੍ਹਾ ਤੋਂ ਭੰਨ ਗਈ ਹੈ ਛੋਟੀ ਅੱਛਾ ਹਾਂ ਠੀਕ ਹੈ ਸਫ਼ਰ ਲੰਮਾ ਹੁੰਦਾ ਨਾ ਸਫ਼ਰ ਲੰਮਾ ਜੂਦੀਆਂ ਨੇ ਮਾਸ਼ਾਅੱਲਾ ਜੀ ਭਾਈ ਖਿਲਾ ਰਿਓ ਜ਼ਰਾ ਇਹ ਥਣ ਵੀ ਦੋਸਤਾਂ ਵੇਖਣੇ ਨੇ ਮਾਸ਼ਾਅੱਲਾ ਜੀ ਇਹ ਨੇ ਵੀ ਪੀੜੀ ਤੇ ਪਾਵੇ ਕਿ ਨਹੀਂ ਮਾਸ਼ਾਅੱਲਾ ਧੁਨੀ ਇਹਦੇ ਕਿੱਥੇ ਜੇ ਇਹ ਵੇਖੋ ਜੀ ਝੋਟੀ ਕਿੱਡੀ ਹੈ ਧੁਨੀ ਦਾ ਨਾਮੋ ਨਿਸ਼ਾਨ ਵੀ ਹੈ ਨਹੀਂ ਕੋਲੀ ਦੋਸਤਾਂ ਵੇਖ ਲੈਣੀ ਹੈ ਇਹ ਵੇ ਜੀ ਅਸਲੀ ਤੇ ਨਸਲੀ ਝੋਟੀ ਦੀ ਨਿਸ਼ਾਨੀ ਇਹ ਵੀ ਮੀਣੀ ਅੱਗੋਂ ਝੋਟੀ ਬਰੀਕ ਹੈ ਪਿੱਛੋਂ ਝੋਟੀ ਚੋੜੀ ਚੋੜੀ ਹੈ ਅੱਗੋਂ ਸੋੜੀ ਪਿੱਛੋਂ ਚੋੜੀ ਧੁਨੀ ਕੋਲੀ ਦਾ ਨਿਸ਼ਾਨ ਹੈ ਵੀ ਮੀਣੀ ਸਿਆਣੇ ਕਹਿੰਦੇ ਨੇ ਕਿ ਦਰਿਆਓਂ ਪਾਰ ਹੋਈ ਹੈ ਸਮੁੰਦਰੋਂ ਪਾਰ ਹੋਈ ਦਰਿਆਓਂ ਪਾਰ ਹੋਈ ਦਰਿਆਓਂ ਪਾਰ ਇੱਕ ਚਾਚਾ ਕਹਿੰਦਾ ਸਮੁੰਦਰੋਂ ਪਾਰ ਬਾਬੇ ਤੋਂ ਪੁੱਛ ਲੈ ਉਹ ਬਾਅਦ ਚ ਦੱਸਾਂਗੇ ਹੁਣ ਚਾਚਾ ਗੁੱਸਾ ਵੀ ਕਰ ਜਾਂਦਾ ਪੁੱਠਾ ਵੀ ਦੋਸਤਾਂ ਵੇਖ ਲੈਣਾ ਮਾਸ਼ਾਅੱਲਾ ਜੀ ਕੀ ਰੇਟ ਹੈ ਭਾਈ ਯਾਸੀਨ ਸਾਹਿਬ ਝੋਟੀ ਨੰਬਰ 2 ਦਾ ਇਹਦਾ 3,75,000 ਰੁਪਇਆ 3,75,000 ਜ਼ਿੰਦਾਬਾਦ ਝੋਟੀ ਸੋਹਣੀ ਹੈ ਕੀਮਤ 3,75,000 ਅੱਗੇ ਭਾਈ ਲਿਆਓ ਜੀ ਨੰਬਰ 3 ਵਾਲੀ ਨੰਬਰ 2 ਤੇ ਚੈੱਕ ਕਰੋ ਜੀ ਕੀਮਤ ਡਿਮਾਂਡ 3,75,000 ਮਾਸ਼ਾਅੱਲਾ ਜੀ ਭਾਈ ਯਾਸੀਨ ਸਾਹਿਬ ਦੇ ਡੇਰੇ ਤੇ ਭਾਈ ਨਾਸਰ ਸਾਹਿਬ ਵੀ ਮੌਜੂਦ ਨੇ ਤੇ ਭਾਈ ਯਾਸੀਨ ਆਪਣੇ ਜਾਨਵਰਾਂ ਨੂੰ ਜਿਹੜਾ ਵੰਡਾ ਇਸਤੇਮਾਲ ਕਰਾਉਂਦੇ ਨੇ ਉਹਦੇ ਬਾਰੇ 'ਚ ਥੋੜੀ ਜਿਹੀ ਮਾਲੂਮਾਤ ਲੈਣੇ ਆ ਜੀ ਅਸਲਾਮ ਅਲੈਕੁਮ ਜੀ ਜੀ ਵਾਲਸਲਾਮ ਰਹਿਮਤੁਲਲਾ ਜੀ ਭਾਈ ਨਾਸਰ ਸਾਹਿਬ ਕੀ ਹਾਲ ਠੀਕ ਹੋ ਜੀ ਅਲਹਮਦੁਲਿਲਾ ਸਮਾਲ ਕਾਫੀ ਡੇਰਿਆਂ ਤੇ ਜਾਂਦੇ ਆ ਲੋਕ ਵਨਸਵਨ ਨੇ ਵੰਡੇ ਪਾਉਂਦੇ ਨੇ ਵੰਡੇ ਤੋਂ ਬਗੈਰ ਦੁੱਧ ਹਾਸਲ ਕਰਨਾ ਤਕਰੀਬਨ ਮੁਸ਼ਕਲ ਨਾਮੁਮਕਿਨ ਨੇ ਲੋਕ ਜਾਨਵਰ ਕੀਮਤੀ ਲੈ ਲੈਂਦੇ ਨੇ 4-4, 5-5 ਲੱਖ ਦਾ ਬਾਅਦ ਚੋਂ ਆ ਕੇ ਕਹਿੰਦੇ ਨੇ ਕਿ ਜਾਨਵਰ ਦੁੱਧ ਨਹੀਂ ਦਿੰਦਾ ਉਹਦੀ ਵਜ੍ਹਾ ਇਹ ਕਿ ਜੋ ਸੇਵਾ ਨਹੀਂ ਕਰਨੀ ਮੇਵਾ ਕਿੱਥੋਂ ਮਿਲਣਾ ਜਿਹੜਾ ਵੰਡਾ ਜਨਾਬ ਦੇ ਕੋਲ ਜਾਂ ਜਿਹੜਾ ਭਾਈ ਯਾਸੀਨ ਸਾਹਿਬ ਜਾਨਵਰਾਂ ਨੂੰ ਇਸਤੇਮਾਲ ਕਰਾਉਂਦੇ ਨੇ ਪਏ ਇਹਦਾ ਨਾਂ ਕੀ ਹੈ ਤਰੀਕਾ ਇਸਤੇਮਾਲ ਕੀ ਸਰ ਬਿਸਮਿਲ੍ਲਾਹਿਰ ਰਹਿਮਾਨਿਰ ਰਹੀਮ ਥੈਂਕ ਯੂ ਜੀ ਜਿਹੜੀ ਤੁਸੀਂ ਪਹਿਲੇ ਗੱਲ ਕੀਤੀ ਹੈ ਕਿ ਵੰਡਾ ਪਾਇਓ ਬਗੈਰ ਦੁੱਧ ਜਾਨਵਰ ਨਹੀਂ ਦਿੰਦੇ ਅਸੀਂ ਇਸ ਗੱਲ ਦੀ ਤਰਦੀਦ ਕਰਦੇ ਹਾਂ ਸੁਮਾ ਅਲਹਮਦੁਲਿਲਾ ਸਾਡਾ ਬ੍ਰਾਂਡ ਹੈ ਸ਼ਾਮ ਸਵੇਰੇ ਖਾ ਮਾਸ਼ਾਅੱਲਾ ਜੀ ਨਾਂ ਵੀ ਸੋਹਣਾ ਜੀ ਪਾਕਿਸਤਾਨ ਦਾ ਵਾਹਿਦ ਬ੍ਰਾਂਡ ਹੈ ਰਾਜਾ ਟ੍ਰੇਡਰ ਦਾ ਜਿਹੜਾ ਇਹ ਗ੍ਰੇਡ ਕਿਸਮ ਦਾ ਅੱਛੀ ਕਿਸਮ ਦੀ ਮਕਾਈ ਇਸਤੇਮਾਲ ਕਰਦਾ ਹੈ ਇਹ ਮੇਰੇ ਡਰਾਈਵਰ ਸਾਹਿਬ ਕੋਲ ਖੜੇ ਨੇ ਜਿਹੜੇ ਹੁਣ ਆਏ ਨੇ ਕੰਪਨੀ 'ਚੋਂ ਇਹ ਕਹਿ ਰਹੇ ਨੇ ਕਿ ਥੋੜ੍ਹੀ ਜਿਹੀ ਵੀ ਮਕਾਈ ਅਗਰ ਸ਼ਾਮਿਲ ਹੁੰਦੀ ਹੈ ਗੱਡੀ ਕੋਈ ਸ਼ੱਕ ਪੈ ਜਾਂਦਾ ਤਾਂ ਬਾਹਰ ਕੱਢ ਦਿੰਦੀ ਹੈ ਜ਼ਿੰਦਾਬਾਦ ਅੱਛੀ ਕਿਸਮ ਦੀ ਮਕਾਈ ਸੀ ਗ੍ਰੇਡ ਕਿਸਮ ਦਾ ਅੱਛਾ ਬਨੌਲਾ ਉਹਦੇ ਵਿੱਚ ਚੋਖਰ ਅੱਛੀ ਕਿਸਮ ਦਾ ਮਿਨਰਲ ਜਿਹੜੇ ਨੇ ਉਹ ਸ਼ਾਮਿਲ ਕਰਕੇ ਫਲ ਬਣਾਈ ਜਾਂਦੀ ਹੈ ਔਰ ਇਹਦਾ ਬਿਹਤਰੀਨ ਫਾਇਦਾ ਹੈ ਜਿਹੜਾ ਇਨਟੇਕ ਬਹੁਤ ਅੱਛਾ ਹੈ ਜਾਨਵਰ ਖਾਂਦਾ ਖੁਸ਼ ਹੋ ਗਿਆ ਇਹ ਖੂਬੀ ਮੈਂ ਤੁਹਾਨੂੰ ਇਹਦੇ ਹੋਰ ਵਿੱਚ ਦੱਸਦਾ ਕਿ ਸਾਰੀਆਂ ਖਲਾਂ ਬਨੌਲੇ ਦਾ ਤੇਲ ਕੱਢ ਕੇ ਜਿਹੜੀ ਵੇਸਟੇਜ ਬਚਦੀ ਹੈ ਉਹ ਖਲ ਬਣਾਈ ਜਾਂਦੀ ਹੈ ਅਲਹਮਦੁਲਿਲਾ ਇਹ ਜਿਹੜੀ ਸਾਡੀ ਕੰਪਨੀ ਹੈ ਇਹ ਬਨੌਲੇ ਦਾ ਤੇਲ ਵਿੱਚੋਂ ਕੱਢਦੀ ਨਹੀਂ ਮਾਸ਼ਾਅੱਲਾ ਬਨੌਲੇ ਸ਼ਾਮਿਲ ਕਰਨਾ ਉਹਦਾ ਤੇਲ ਕੱਢਣਾ ਨਹੀਂ ਉਹਦੇ ਵਿੱਚ ਤੇਲ ਸ਼ਾਮਿਲ ਰਹਿਣਾ ਤਰੀਕਾਕਾਰ ਇਹਦਾ ਇਹ ਹੈ 7-10 ਮਿੰਟ ਪਰ ਹੈਡ ਇੱਕ ਜਾਨਵਰ ਕੰਪਨੀ ਕਲੇਮ ਕਰਦੀ ਹੈ 2 ਕਿਲੋ ਉਹਨੂੰ ਸੁਬਾ ਸ਼ਾਮ ਪਾਣੀ 'ਚ 7-10 ਮਿੰਟ ਪਿਓ ਇਹ ਗਲ ਜਾਏਗੀ ਡੰਗਰ ਨੂੰ ਇਸਤੇਮਾਲ ਕਰੋ ਡੰਗਰ ਖਾਏਗਾ ਵੀ ਅੱਛਾ ਔਰ ਦੁੱਧ ਵੀ ਇਨਸ਼ਾਅੱਲਾ ਅੱਛਾ ਦੇਵੇਗਾ ਅਸੀਂ ਇਹ ਗੱਲ ਕਹਿੰਦੇ ਹਾਂ ਕਿ 2 ਕਿਲੋ ਦੀ ਬਜਾਏ 1.5 ਕਿਲੋ ਵੀ ਤੁਸੀਂ ਇੱਕ ਜਾਨਵਰ ਨੂੰ ਦੇਵੋ ਇਨਸ਼ਾਅੱਲਾ ਹੁਣ ਜੀ ਰਿਜ਼ਲਟ ਦੇਵੇਗੀ ਇਨਟੇਕ ਅੱਛਾ ਜ਼ਿਮੀਦਾਰ ਭਰਾ ਸਾਰੇ ਗੱਲ ਕਹਿੰਦੇ ਨੇ ਕਿ ਜਿਹੜੀ ਸ਼ਾਇਦ ਜਾਨਵਰ ਖਾਏ ਨਾ ਜਾਨਵਰ ਉਹਦਾ ਹੱਕ ਨਹੀਂ ਰੱਖਦਾ ਜਾਨਵਰ ਫਿਰ ਉਹਦਾ ਰਿਜ਼ਲਟ ਵੀ ਦਿੰਦਾ ਮਾਸ਼ਾਅੱਲਾ ਤੇ ਸੁਮਾ ਅਲਹਮਦੁਲਿਲਾ ਰਿਜ਼ਲਟ ਦੇ ਮੁਤਲਕ ਕੱਲ੍ਹ ਦੀ ਜਿਹੜਾ ਮੇਰਾ ਟ੍ਰਾਇਲ ਸੀ ਉਹ ਕਹਿ ਰਹੇ ਸਾਡੀਆਂ ਗਾਈਆਂ ਜਿਹੜੀਆਂ ਨੇ ਉਹ ਸੁੱਕ ਚਲੀਆਂ ਨੇ ਵਧਾ ਨਹੀਂ ਰਹੀਆਂ ਵਾਈਸ ਕਹਿੰਦੇ ਮੈਂ ਤੁਹਾਨੂੰ ਸੁਣਾ ਦਿੰਦਾ ਦੋਨੋਂ ਬੰਦਿਆਂ ਦੀ ਇੱਕ ਦੀ ਵਾਈਸ ਆਈ ਆ ਇੱਕ ਦੀ ਲਾਈਵ ਆਈ ਆ ਉਹਨਾਂ ਕਹਿ ਸਾਨੂੰ ਤੀਸਰੇ ਡੰਗ ਪਾਈ ਹੈ ਸਾਡੀਆਂ ਡੰਗ ਦੁੱਧ ਸਾਡੀਆਂ ਲਵੇਰੀਆਂ ਜਿਹੜੀਆਂ ਨੇ ਅਲਹਮਦੁਲਿਲਾ ਸੁਮਾ ਅਲਹਮਦੁਲਿਲਾ 2-2 ਕਿਲੋ ਤੱਕ ਵਧਾ ਗਈਆਂ ਨੇ ਦੱਸ ਕੇ ਮੈਂ ਟ੍ਰਾਇਲ ਕਰਵਾ ਗਿਆ ਉੱਥੋਂ ਉਹਨਾਂ ਨੇ ਮੈਨੂੰ ਪੈਸੇ ਸੈਂਡ ਕੀਤੇ ਨੇ ਬਾਅਦ ਵਿੱਚ ਉਹਨਾਂ ਨੇ ਕਿਹਾ ਜੀ ਅਸੀਂ ਮਨ ਛੜਿਆ ਸਾਡੇ ਘਰ ਦੁੱਧ ਗਰਮ ਹੋਇਆ ਅਤੇ ਬੀਬੀਆਂ ਨੇ ਗੱਲ ਕਹੀ ਹੈ ਕਿ ਦੁੱਧ ਦੀ ਖੁਸ਼ਬੂ ਅੱਜ ਆਈ ਹੈ ਅਤੇ ਸੁਮਾ ਅਲਹਮਦਾ ਦੁੱਧ ਦੇ ਨਾਲ ਸੰਘਣਾ ਵੀ ਹੁੰਦਾ ਦੁੱਧ ਵਧਾਉਂਦੀਆਂ ਵੀ ਨੇ ਜਿਹੜੇ ਘਰ ਵਾਲੇ ਸ਼ੌਕ ਵਾਲੇ ਲੋਕ ਨੇ ਉਹਨਾਂ ਦੀ ਇਹ ਪਸੰਦੀਦਾ ਚੀਜ਼ ਆ ਕੀ ਬਾਤ ਹੈ ਜੀ ਭਾਈ ਯਾਸੀਨ ਸਾਹਿਬ ਦਾ ਨੰਬਰ ਤੇ ਸਕਰੀਨ ਤੇ ਆ ਰਿਹਾ ਤੇ ਅਗਰ ਕੋਈ ਦੋਸਤ ਜਨਾਬ ਨਾਲ ਵੀ ਰਾਬਤਾ ਕਰਨਾ ਚਾਹੁੰਦਾ ਕਿਉਂਕਿ ਜਿਹੜਾ ਇਹ ਇਲਾਕਾ ਵੇ ਭਾਈ ਯਾਸੀਨ ਸਾਹਿਬ ਕੋਲ ਮਿਲ ਜੇਦਾ ਬਿਲਕੁਲ ਬਿਲਕੁਲ ਠੀਕ ਹੈ ਉਹਨਾਂ ਕੋਲ ਮਿਲ ਸਕਦਾ ਵੇ ਤੇ ਜਨਾਬ ਦਾ ਕੀ ਰਾਬਤਾ ਨੰਬਰ ਹੈ ਮੇਰਾ ਨੰਬਰ ਹੈ ਜੀ 0301-6846-505 0301-6646-505 ਇੱਕ ਦਫਾ ਫਿਰ ਪੰਜਾਬੀ ਚ ਬੋਲ ਦਿਓ 0301-6846-505 ਮਾਸ਼ਾਅੱਲਾ ਜੀ ਅੱਗੇ ਆ ਗਈ ਹੈ ਨੰਬਰ 3 ਤੇ ਖਿਲਾ ਰਹੇ ਹੋ ਜੀ ਚਿਹਰੇ ਦੀ ਖੂਬਸੂਰਤੀ ਵੇਖਣੀ ਹੈ ਮਾਸ਼ਾਅੱਲਾ ਜੀ ਬੱਗੀ ਮੁੱਛ ਅੱਜ ਸੁਬਹ ਹੀ ਸੂਈ ਹੈ ਇੱਕ ਅੱਖ ਦੀ ਕਾਲੀ ਹੈ ਤੇ ਇੱਕ ਬਿੱਲੀ ਹੈ ਜ਼ਰਾ ਤੋਰ ਹਾਂ ਭਾਈ ਜਾਨ ਕਿਨਵਾ ਸੁਆ ਪਹਿਲਾ ਕਿੰਨੇ ਦੰਦ ਭਾਈ ਯਾਸੀਨ ਸਾਹਿਬ ਹੈ ਜਵਾਨ ਹੈ ਸੁਬਾ ਪਹਿਲਾ ਵੇ ਅਭੀ ਅੱਜ ਸੁਬਹ ਹੀ ਸੂਈ ਹੈ ਪਹਿਲਾਂ ਹੋ ਗਿਆ ਮਾਸ਼ਾਅੱਲਾ ਜੀ ਥਾਣੇ ਦੇ ਵੀ ਸੋਹਣੇ ਲੱਗੇ ਨੇ ਐ ਨਹੀਂ ਕਿ ਕੋਈ ਛੋਟੀਆਂ ਛੋਟੀਆਂ ਥਣੀਆਂ ਲੱਗੀਆਂ ਚਵਾਈ ਪਹਿਲੀ ਕੀਤੀ ਹੈ ਜੀ
ਠੀਕ ਹੈ ਮੁਕੰਮਲ ਚੁਆਈ ਕੀਤੀ ਹੈ ਬਾਈ ਜਾਨ ਖਿਲਾ ਰਹੇ ਹੋ ਚੁਆਈ ਮੇਰੀ 6:30-7 ਵਜੇ ਕੀਤੀ ਜੀ ਦੀ ਅੱਛਾ ਹਾਂਜੀ ਕਿੰਨੀ ਬੋਲੀ ਗੱਡੀ ਪਹਿਲੀ ਚੁਆਈ ਤੇ ਕੋਈ ਕੱਢੀ ਸੀ ਬੋਲੀ ਕੋਈ 4 ਕਿਲੋ ਹਾਂਜੀ ਸੁਬਾ ਪਹਿਲਾ ਹਾਂਜੀ ਦੰਦਾਂ ਦੀ ਜਵਾਨ ਅੱਜ ਸੁਬਾ ਹੀ ਸੂਈ ਹੈ ਤਕਰੀਬਨ ਕੋਈ 7:30 ਚੁਆਈ ਹੋਈ ਹੈ ਉਹ ਵੀ ਚੱਕ ਕਰਵਾ ਲੈ ਢੋਲ ਪੈ ਜਾ ਮਾਸ਼ਾਅੱਲਾ ਜੀ ਲਿਬਾਸ ਦਾ ਵੀ ਡੱਬਾ ਲਾਵੇ ਪਹਿਲਨ ਹੋ ਕੇ ਥਾਣ ਵੀ ਸੋਹਣੇ ਮੁੱਠੀ ਲੱਗੇ ਨੇ ਥਾਣਾ ਦੀ ਵੰਡ ਦੀ ਵੀ ਪਿਆਰੀ ਹੈ ਪੁੱਠਾ ਵੀ ਦੋਸਤਾਂ ਵੇਖ ਲੈਣਾ ਪੂੜੇ ਇਹਨੇ ਵੀ ਹਲੇ ਨਹੀਂ ਚੁੱਕੇ ਜਾ ਕੀ ਪਿੱਛੇ ਦੇ ਕੱਟੀ ਕਰਮ ਵਾਲੀ ਆ ਵੀ ਦੋ ਨੇ ਮਾਸ਼ਾਅੱਲਾ ਜੀ ਚੀਜ਼ ਆ ਵੀ ਅਸਲੀ ਤੇ ਨਸਲੀ ਇਸ ਡੇਰੇ ਤੇ ਕੁਆਲਿਟੀ ਮਿਆਰ ਤੇ ਕੰਪਰੋਮਾਈਜ਼ ਨਹੀਂ ਹੋਏ ਦਾ ਤੇ ਨਾ ਇਨਸ਼ਾਅੱਲਾ ਕੋਈ ਲੰਮ ਆਏ ਦਾ ਸਾਫ਼ ਸੁਥਰਾ ਕੰਮ ਹੈ ਜੀ ਜਾ ਕਿਹੜਾ ਵੇਦਾ ਉਹ ਕੱਟੀ ਸਾਹਮਣੇ ਉਹ ਪਿੱਛੇ ਦੇ ਕੱਟੀ ਮਾਸ਼ਾਅੱਲਾ ਜੀ ਜੀ ਭਾਈ ਯਾਸਿਨ ਸਾਹਿਬ ਕੀ ਰੇਟ ਹੈ ਜੀ ਝੋਟੀ ਨੰਬਰ 3 ਦਾ 4,05,000 ਉਤਲਾ 5 ਵਡਾ ਹੜੋ ਫੂਕ ਮਾਰ ਕੇ ਪੂਰਾ 4 ਹੋ ਗਿਆ ਮਾਸ਼ਾਅੱਲਾ ਜੀ ਝੋਟੀ ਮੇਰੀ ਅੱਲਾ ਦੇ ਮਿਹਰਬਾਨੀ ਨਾਲ 4.25 ਲੱਖ ਦੀ ਜੀ ਬਿਹਤਰ ਹੋ ਗਿਆ ਜੀ ਅੱਗੇ ਭਾਈ ਲਿਆਓ ਜੀ ਨੰਬਰ 4 ਵਾਲੀ ਅੱਗੇ ਆ ਗਈ ਮਾਸ਼ਾਅੱਲਾ ਜੀ ਨੰਬਰ 4 ਤੇ ਇਹ ਆਵੇ 5 ਕਲਿਆਨ ਪੈਰ ਅਗਲੇ ਵੀ ਤੁਚੇ ਨੇ ਮੁੱਛ ਵੀ ਬੱਗੀ ਹੈ ਠੀਕ ਹੈ ਜੀ ਟੋਰੇ ਭਾਈ ਜਾਨ 5 ਕਲਿਆਨ ਨੰਬਰ ਆ ਗਈ 4 ਤੇ ਸੂਈ ਹੈ ਜੀ ਕਿਨਵਾ ਸੂਆ ਦਾ ਦੂਸਰਾ ਖਿਲਾਰੇ ਭਾਈ ਜਾਨ ਜ਼ਰਾ ਸੁਬਾ ਦੂਸਰਾ ਵੇ ਨੰਬਰ 4 ਤੇ ਚੈੱਕ ਕਰਵਾਉਂਦੇ ਆ ਵੇ 5 ਕਲਿਆਨ ਝੋਟੀ ਹੈ ਡੱਕਾ ਵਗੈਰਾ ਤੇ ਕੋਈ ਨਹੀਂ ਭਾਈ ਯਾਸਿਨ ਸਾਹਿਬ ਡੱਕਾ ਕੋਈ ਨਹੀਂ ਬੱਚਾ ਲੱਗ ਗਿਆ ਹਜੇ ਕੇ ਠੀਕ ਹੈ ਜਾਨ ਨੇ ਮੂੰਹ ਮਾਰਿਆ ਉਸ ਵਜ੍ਹਾ ਤੋਂ ਲਿਬਾਸ ਦੋਸਤਾਂ ਵੇਖਣਾ ਥਾਣਾ ਦੀ ਮਾਸ਼ਾਅੱਲਾ ਜੀ ਬੜੇ ਸੋਹਣੇ ਮੁੱਠੀ ਲੱਗੇ ਨੇ ਭਾਈ ਯਾਸਿਨ ਸਾਹਿਬ ਦੀਆਂ ਝੋਟੀਆਂ ਵੇਖਣੀਆਂ ਨੇ ਨਹੀਂ ਕਿ ਥਣੀਆਂ ਛੋਟੀਆਂ ਛੋਟੀਆਂ ਜਾਂ ਲੰਮੇ ਬੜਾ ਸੋਹਣਾ ਸਾਈਜ਼ ਦਾ ਥਾਣਾ ਦਾ ਕੂੜ ਕੂੜ ਹੁੰਦੇ ਤੇ ਦੂਰ ਦੂਰ ਹੁੰਦੇ ਅੱਲਾ ਦੀ ਮਿਹਰਬਾਨੀ ਠੀਕ ਹੈ ਕਿਦਾਂ ਦੀ ਸੂਈ ਹੈ ਜੀ ਇਹਨੂੰ ਅੱਜ 15-20 ਦਿਨ ਹੋ ਗਏ ਲਓ ਭਾਈ ਪਰਤਾ ਕੇ 20 ਦਿਨ ਹੋ ਗਏ ਨੇ ਸੁਬਾ ਦੂਸਰਾ ਵੇ ਜਿਸਮ ਤੇ ਪਛਮ ਚੈੱਕ ਕਰਨੀ ਹੈ ਕੈਮਰੇ 'ਚ ਮੁਕੰਮਲ ਨਜ਼ਰ ਆਉਂਦੀ ਹੈ ਭਾਈ ਥਣ ਬੜੇ ਸੋਹਣੇ ਮੁੱਠੀ ਲੱਗੇ ਨੇ ਭਾਈ ਜਾ ਤੇ ਜ਼ਰਾ ਖਿਲਾਰਨੀ ਹੈ ਜੀ ਦੁੱਧ ਕਿੰਨਾ ਕਿ ਭਾਈ ਯਾਸਿਨ ਸਾਹਿਬ ਦੇ ਕੋਲ ਮੇਰੇ ਕੋਲ 11-12 ਕਿਲੋ ਦੁੱਧ ਹੋਏਗਾ ਦੋਵਾਂ ਟਾਈਮਾਂ ਦਾ ਟੋਟਲ ਬੱਚੇ ਸਮੇਤ ਦੁੱਧ 11-12 ਕਿਲੋ ਲਿਬਾਸ ਵਹਾ ਕੇ ਭਾਈ ਜੀ ਛਾਲ ਵੱਡੀ ਮਾਰ ਸਕਦੇ ਹਨ ਲੇਕਿਨ ਇਨਸ਼ਾਅੱਲਾ ਜੋ ਹਕੀਕਤ ਦੋਸਤਾਂ ਨੂੰ ਉਹ ਹੀ ਦੱਸੀ ਹੋਏਗਾ ਇਨਸ਼ਾਅੱਲਾ ਤਾਲਾ ਲੱਗੇ ਠੀਕ ਹੈ ਭਾਈ ਇੱਥੇ ਖਿਲਾ ਰਹੇ ਜ਼ਰਾ ਇਹ ਮਾਸ਼ਾਅੱਲਾ ਜੀ ਥਾਣਾ ਦੀ ਵੰਡ ਵੀ ਵੇਖਣੀ ਹੈ ਲਾ ਜ਼ਰਾ ਸਿੱਧੀ ਕਰਵਾਇਆ ਲਿਬਾਸ ਦਾ ਵੀ ਡੱਬਾ ਲਾਵੇ ਨੰਬਰ 4 ਤੇ ਚੈੱਕ ਕਰਵਾਈਏ ਮਾਸ਼ਾਅੱਲਾ ਜੀ ਥਾਣੀ ਵੀ ਸੋਹਣੇ ਮੁੱਠੀ ਪਾਵਰਫੁਲ ਲੱਗੇ ਨੇ ਧੁੰਨੀ ਵੀ ਦੋਸਤਾਂ ਵੇਖਣੀ ਹੈ ਕੋਲੀ ਵੀ ਚੈੱਕ ਕਰਨੀ ਹੈ ਬੰਨੋ ਭਾਈ ਜਾਨ ਜਾ ਕੀ ਪਿੱਛੇ ਕੱਟੀ ਕੱਟਾ ਆ ਜੇ ਇਹ ਪਿੱਛੇ ਦੇ ਕੱਟਾ ਮਾਸ਼ਾਅੱਲਾ ਜੀ ਕੀ ਰੇਟ ਹੈ ਜੀ ਝੋਟੀ ਨੰਬਰ 4 ਦਾ ਮਾਸ਼ਾਅੱਲਾ ਲਿਬਾਸ ਹੁਣ ਵੇਖ ਲੈਣਾ ਮਾਸ਼ਾਅੱਲਾ ਜੀ ਦੁੱਧ 11-12 ਕਿਲੋ ਅੱਗੇ ਆ ਗਈ ਜੀ ਨੰਬਰ 5 ਤੇ ਇਹ ਵੀ 5 ਕਲਿਆਨ ਮਾਸ਼ਾਅੱਲਾ ਜੀ ਚਵੇ ਪੈਰ ਤੋਂ ਚੇ ਨੇ ਬੱਗੀ ਮੁੱਛੇ ਸਿੰਗੀਆਂ ਛੋਟੀਆਂ ਨੇ ਨੰਬਰ 5 ਤੇ ਇਹ ਵੀ 5 ਕਲਿਆਨ ਤੇ ਇਹ ਵੀ ਪਹਿਲਨ ਸੁਬਾ ਦੂਸਰਾ ਵੇਖਣ ਚ ਪਹਿਲਾਂ ਨਹੀਂ ਲੱਗਦੀ ਹੈ ਬਈ ਟੋਰਿਓ ਜੀ ਲੱਗਦੀ ਪਹਿਲਾਂ ਨੇ ਲੇਕਿਨ ਸੁਬਾ ਦੂਸਰਾ ਜੀ ਲਿਬਾਸ ਦਾ ਵੀ ਡੱਬਾ ਲਾਵੇ ਨੰਬਰ ਆ ਗਈ 5 ਤੇ ਇਹ ਵੀ 5 ਕਲਿਆਨ ਮਾਸ਼ਾਅੱਲਾ ਜੀ ਜੀ ਭਾਈ ਯਾਸਿਨ ਸਾਹਿਬ ਸੂਈ ਹੈ ਜੀ ਕਿਦਾਂ ਦੀ ਇਹਨੂੰ ਅੱਜ 16 ਦਿਨ ਹੋ ਗਏ ਲਿਆ ਭਾਈ ਪਰਤਾ ਕੇ 16 ਦਿਨ ਹੋ ਗਏ ਨੇ ਟੱਪ ਵਗੈਰਾ ਸੁੱਟ ਗਈ ਹੈ ਸਾਫ਼ ਹੋ ਗਈ ਮਾਸ਼ਾਅੱਲਾ ਜੀ ਕਾਦਾਵਰੇ ਜਸਾਮਤ ਪਿਆਰੀ ਹੈ ਭਾਈ ਇੱਥੇ ਖਿਲਾਰਨੀ ਜ਼ਰਾ ਪਿਛਲੇ ਪੈਰ ਵੀ ਦੋਸਤਾਂ ਵੇਖਣੇ ਨੇ ਤੁਚੇ ਨੇ ਅਗਲੇ ਪੈਰ ਵੀ ਤੁਚੇ ਨੇ ਬੱਗੀ ਮੁੱਛੇ ਸਿੰਗੀਆਂ ਛੋਟੀਆਂ ਨੇ ਦਿਨ ਤਕਰੀਬਨ ਕੋਈ 16 ਕੁ ਹੋ ਗਏ ਨੇ ਸੁਬਾ ਦੂਸਰਾ ਵੇ ਲੈ ਚਲੋ ਭਾਈ ਲੰਮੀ ਟੋਰ ਕੇ ਮਾਸ਼ਾਅੱਲਾ ਜੀ ਥਾਣਾ ਦੀ ਵੰਡ ਦੀ ਵੀ ਪਿਆਰੀ ਹੈ ਜਾਤ ਲਿਆਓ ਜ਼ਰਾ ਦੁੱਧ ਕਿੰਨਾ ਕਿ ਭਾਈ ਯਾਸਿਨ ਸਾਹਿਬ ਦੇ ਕੋਲ ਮੇਰੇ ਕੋਲ ਦੁੱਧ 13 ਕਿਲੋ ਹੋਏਗਾ ਦੋਵਾਂ ਟਾਈਮਾਂ ਦਾ ਟੋਟਲ ਬੱਚੇ ਸਮੇਤ ਦੁੱਧ 13 ਕਿਲੋ ਜਾ ਕੀ ਪਿੱਛੇ ਤੇ ਇਹਦੇ ਮਗਰ ਕੱਟਾ ਜੀ ਪਿੱਛੇ ਤੇ ਕੱਟਾ ਮਾਸ਼ਾਅੱਲਾ ਜੀ ਭਾਈ ਜਾਨ ਖਿਲਾ ਰਿਹਾ ਜ਼ਰਾ ਨੀਲੀ ਦੇ ਬਟਨ ਵੀ ਦੋਸਤਾਂ ਵੇਖਣੇ ਨੇ ਭਾਈ ਪਰਤਾ ਕੇ ਲਾਵੋ ਪੁੱਠਾ ਵੀ ਦੋਸਤਾਂ ਚੈੱਕ ਕਰਵਾ ਦਿੰਦੇ ਹਾਂ ਪਿੱਛੇ ਤੇ ਕੱਟਾ ਵੇ ਸੁਬਾ ਦੂਸਰਾ ਤੇ 5 ਕਲਿਆਨ ਮਾਸ਼ਾਅੱਲਾ ਜੀ ਇਹ ਜਾਵੇ ਜੀ ਇਹਦਾ ਲੈ ਚਲੋ ਭਾਈ ਜਾਨ ਲਿਬਾਸ ਵੀ ਡੱਬਾ ਲੈ ਜੀ ਭਾਈ ਯਾਸਿਨ ਸਾਹਿਬ ਕੀ ਰੇਟ ਹੈ ਜੀ ਝੋਟੀ ਨੰਬਰ 5 ਦਾ 4,60,000 ਦੁੱਧ 13 ਕਿਲੋ ਦੱਸਿਆ ਦੁੱਧ 13 ਕਿਲੋ ਇਨਸ਼ਾਅੱਲਾ 14 ਹੋਏਗਾ 13 ਦੱਸਦੇ ਆਂ ਠੀਕ ਹੈ ਜੀ ਕਿਹੜਾ ਘਾ ਜਾਗ ਵਧੇਗਾ ਲੱਭ ਕੋਈ ਆਖੇਗਾ ਨਾ ਵਾਕੇ ਭਾਈ ਮਾਸ਼ਾਅੱਲਾ ਜੀ ਜਿੰਦਾਬਾਦ ਹਾਂ ਅੱਛੀ ਸੋਚ ਹੈ ਜੀ ਅੱਗੇ ਭਾਈ ਲਿਆਓ ਜੀ ਨੰਬਰ 6 ਵਾਲੀ ਕੀਮਤ 4,60 ਅੱਗੇ ਆ ਗਈ ਮਾਸ਼ਾਅੱਲਾ ਜੀ ਨੰਬਰ 6 ਤੇ ਪਹਿਲਵਾਨ ਝੋਟੀ ਚੰਗਾ ਚੋੜਾ ਪੁੱਠਾ ਹੋਵੇ ਬਾਡੀ ਸਕੋਰ ਦੋਸਤਾਂ ਵੇਖਣਾ ਮਾਸ਼ਾਅੱਲਾ ਜੀ ਇਹ ਵੀ ਕਾਲਾ ਬ੍ਰਾਂਡ ਹੀ ਹੈ ਜੀ ਮੱਥੇ ਦੇ ਵਾਲ ਹਲਕੇ ਜੇ ਸਫੇਦ ਕਾਲੀਆਂ ਅੱਖਾਂ ਦੋਵਾਂ ਅੱਖਾਂ ਦੀ ਰੰਗਤ ਵੀ ਸੇਮ ਪਲ ਬੜਾ ਪੂਰੀ ਗੋਲ ਮਟੋਲ ਹੈ ਭਾਈ ਜਾਨ ਟੋਰ ਕੇ ਲਿਆਉਣੀ ਜ਼ਰਾ ਜੀ ਭਾਈ ਯਾਸਿਨ ਸਾਹਿਬ ਸੂਈ ਹੈ ਜੀ ਖਿਲਾ ਰਹੇ ਹੋ ਜੀ ਜਸਾਮਤ ਦੀ ਵੇਖਣੀ ਹੈ ਤੇ ਥਣ ਜ਼ਰਾ ਫਿਰ ਇਹਦੇ ਚੈੱਕ ਕਰਨੇ ਨੇ ਮਾਸ਼ਾਅੱਲਾ ਜੀ ਜਸਾਮਤ ਵੱਡੀ ਪਹਿਲਵਾਨ ਝੋਟੀ ਥਣ ਸੋਹਣੇ ਮੁੱਠੀ ਚੰਗਾ ਚੋੜਾ ਪੁੱਠਾ ਤੇ ਜਿੰਜ ਇੱਕ ਭਾਈ ਕਹਿੰਦੇ ਨੇ ਕਿ ਜੱਟ ਬਲੈਕ ਯਾਨੀ ਕਿ ਕਾਲੀ ਸਿਆਹ ਸਿਆਹ ਕਾਲੀ ਠੀਕ ਹੈ ਕਿਦਾਂ ਦੀ ਸੂਈ ਹੈ ਇਹਨੂੰ ਅੱਗੇ 5-6 ਦਿਨ ਹੋ ਗਏ ਜੀ 5-6 ਦਿਨ ਹੋ ਗਏ ਨੇ ਸੁਬਾ ਕਿਨਵਾ ਜੀ ਇਹਦਾ ਇਹਦਾ ਸੁਬਾ ਦੂਸਰਾ ਜੀ ਸੁਬਾ ਦੂਸਰਾ ਵੇ ਜਾ ਕੀ ਪਿੱਛੇ ਤੇ ਇਹਦੇ ਮਗਰ ਕੱਟੀ ਜੀ ਇਹ ਪਿੱਛੇ ਦੇ ਕੱਟੀ ਹੈ ਕਰਮ ਵਾਲੀਆਂ ਇਹ ਵੀ ਦੋ ਨੇ ਆ ਭਾਈ ਇੱਥੇ ਖਿਲਾ ਰਿਹਾ ਜ਼ਰਾ ਇਹ ਮਾਸ਼ਾਅੱਲਾ ਜੀ ਥਾਣ ਜ਼ਰਾ ਦੋਸਤਾਂ ਨੂੰ ਸਾਈਡ ਤੋਂ ਚੈੱਕ ਕਰਵਾ ਦਿੰਦੇ ਆ ਸੁਬਾ ਦੂਸਰਾ ਵੇ ਨੰਬਰ 6 ਤੇ ਚੈੱਕ ਕਰਵਾਉਂਦੇ ਆ ਪੇ ਧੁੰਨੀ ਦੋਸਤਾਂ ਵੇਖਣੀ ਹੈ ਨਾਮ ਤੇ ਬਰਾਬਰ ਹੈ ਲੈ ਚਲੋ ਭਾਈ ਜਾਨ ਜ਼ਰਾ ਹਲਕਾ ਜਿਹਾ ਪਰਤਾ ਕੇ ਲਿਆਵੋ ਜੀ ਕਿੰਨਾ ਕੁ ਦੋ ਤੇ ਭਾਈ ਯਾਸਿਨ ਸਾਹਿਬ ਦੇ ਕੋਲ
ਵਾਲ ਭਾਈ ਇਹ ਦੁੱਧ 13 ਕਿਲੋ ਹੈਗਾ ਬੋਲਾ ਅੱਛਾ ਬੋਲੇ ਤੇ ਵੇਲੇ ਬੋਲੇ ਤੇ ਵੇਲੇ ਟੋਟਲ ਬੱਚੇ ਸਮੇਤ 13 ਕਿਲੋ ਲਿਆਓ ਭਾਈ ਪਰਤਾ ਕੇ ਮਾਸ਼ਾਅੱਲਾ ਜੀ ਪੁੱਠਾ ਦੋਸਤਾਂ ਫਿਰ ਵੇਖਣਾ ਕੰਡ ਵੀ ਚੈੱਕ ਕਰਨੀ ਮਾਸ਼ਾਅੱਲਾ ਜੀ ਪੂਰੀ ਸਿਹਤਮੰਦ ਨਾਮੀ ਗ੍ਰਾਮੀ ਝੋਟੀ ਲਾਮਦੀ ਕਾਫੀ ਹੈ ਜਸਾਮਤ ਵੱਡੀ ਹੈ ਬੋਲਾ ਦੋਵਾਂ ਟਾਈਮਾਂ ਦਾ ਟੋਟਲ ਬੱਚੇ ਸਮੇਤ ਕੋਈ 13 ਕਿਲੋ ਪਿੱਛੇ ਤੇ ਕੱਟੀ ਹੈ ਕਰਮਾਂ ਲਈ ਆਵੀ ਦੋਨੇ ਨੰਬਰ 6 ਤੇ ਚੈੱਕ ਕਰਵਾਈ ਮਾਸ਼ਾਅੱਲਾ ਜੀ ਬੜੀ ਸ਼ਾਨਦਾਰ ਹੁਸਨ ਕੁਆਲਿਟੀ ਵਾਲੀ ਚੀਜ਼ ਹੈ ਲਿਬਾਸ ਦੋਸਤਾਂ ਫਿਰ ਵੇਖ ਲੈਣਾ ਬਗੈਰ ਢੱਕੇ ਤੂੰ ਲਿਬਾਸ ਦੋਸਤਾਂ ਦੇ ਸਾਹਮਣੇ ਜੀ ਭਾਈ ਯਾਸੀਨ ਸਾਹਿਬ ਕੀ ਰੇਟ ਹੈ ਜੀ ਝੋਟੀ ਨੰਬਰ 6 ਦਾ ਭਾਈ ਰੇਟ ਦਾ 6 ਲੱਖ ਦਾ ਆਈ ਹੈ 7 ਸੋਵਾ ਦੂਸਰਾ ਸੁਣਿਆ ਜਸਾਮਤ ਦੀ ਵੱਡੀ ਹੈ ਹੈ ਵੀ ਸਿਹਤਮੰਦ ਹੈ ਦਿਨ ਕਿੰਨੇ ਲੈ ਰਹੀ ਹੈ ਜੀ ਪੰਜ ਸੱਤ ਦਿਨ ਲੈਂਦੀ ਹੈ ਬਈ ਲਿਆਓ ਬਾਈ ਜਾਨ ਪਰਤਾ ਕੇ ਜ਼ਰਾ ਇਹ ਮਾਸ਼ਾਅੱਲਾ ਜੀ ਕੱਚੀ ਹੈ ਫਿਲਹਾਲ ਜਸਾਮਤ ਵੱਡੀ ਥਾਣੇ ਦੇ ਵੀ ਸੋਹਣੇ ਮੁੱਠੀ ਲੱਗੇ ਨੇ ਨੰਬਰ 7 ਤੇ ਚੈੱਕ ਕਰਵਾਉਂਦੇ ਹਾਂ ਪੇ ਲਾਮ ਦੋਸਤਾਂ ਵੇਖਣੀ ਹੈ ਬਾਈ ਇਹਦਾ ਚਿਹਰਾ ਵੀ ਸਾਹਮਣੇ ਕਰਨਾ ਜ਼ਰਾ ਕਾਲੀਆਂ ਅੱਖਾਂ ਮਾਸ਼ਾਅੱਲਾ ਜੀ ਦੋ ਅੱਖਾਂ ਦੀ ਰੰਗਤ ਵੀ ਸੇਮ ਗੱਬਨ ਝੋਟੀ ਹੈ ਮਾਸ਼ਾਅੱਲਾ ਜੀ ਲੈ ਚਲੋ ਬਾਈ ਲੰਮੀ ਟੋਰ ਕੇ ਜ਼ਰਾ ਜਿਹੜੇ ਦਿਨ ਦੱਸੇ ਨੇ ਕੋਈ 2-4 ਦਿਨ ਉੱਤੇ ਥੱਲੇ ਹੋ ਸਕਦੇ ਨੇ ਥਾਨ ਦੋਸਤਾਂ ਵੇਖ ਲੈਣਾ ਮਾਸ਼ਾਅੱਲਾ ਜੀ ਸੋਹਣੇ ਮੁੱਠੀ ਥਾਨ ਲੱਗੇ ਨੇ ਧੁਨੀ ਇਹਦੀ ਵੀ ਛੋਟੀ ਹੈ ਨੰਬਰ 7 ਤੇ ਚੈੱਕ ਕਰਵਾਈਏ ਪੁੱਠਾ ਵੀ ਦੋਸਤਾਂ ਵੇਖ ਲੈਣਾ ਇਹ ਵੀ ਸਿਹਤਮੰਦ ਹੈ ਮਾਸ਼ਾਅੱਲਾ ਜੀ ਜੀ ਭਾਈ ਯਾਸੀਨ ਸਾਹਿਬ ਕੀ ਰੇਟ ਹੈ ਜੀ ਝੋਟੀ ਨੰਬਰ 7 ਦਾ 4,54,000 ਫਿਗਰ ਸਿੱਧਾ ਕਰ ਛੱਡਿਆ ਕਰੋ 4.5 ਹੋ ਗਿਆ ਨੰਬਰ ਝੋਟੀ ਸੋਹਣੀ ਹੈ ਕੀਮਤ ਦੀ 4,55 ਨਹੀਂ ਹੁਣ ਹੋ ਗਈ ਹੈ 4,50,000 ਅੱਗੇ ਭਾਈ ਲਿਆਓ ਜੀ ਨੰਬਰ 8 ਵਾਲੀ ਇਹ ਚੈੱਕ ਕਰਵਾਈਏ ਜੀ ਨੰਬਰ 7 ਤੇ ਟੋਟਲ 11 ਨੇ ਠੀਕ ਹੈ ਅੱਗੇ ਲਿਆਓ ਜੀ ਭਾਈ ਨੰਬਰ 8 ਵਾਲੀ ਟੋਟਲ 11 ਝੋਟੀਆਂ ਨੇ ਤੇ ਗਾਵਾਂ ਨਹੀਂ ਸੇਲ ਕਰਨੀਆਂ ਜੀ ਬਿਹਤਰ ਹੋ ਗਿਆ ਮਾਸ਼ਾਅੱਲਾ ਜੀ ਅੱਛੀ ਗੱਲ ਹੈ ਅੱਗੇ ਆ ਗਈ ਮਾਸ਼ਾਅੱਲਾ ਜੀ ਨੰਬਰ 8 ਦੇ ਭਾਈ ਜਾਨ ਖਿਲਾ ਰਹੇ ਹੋ ਜ਼ਰਾ ਚਿਹਰਾ ਦੋਸਤਾਂ ਵੇਖਣਾ ਬਰਦਾਸ਼ਤ ਨਹੀਂ ਹੈ ਠੀਕ ਹੈ ਇੱਕ ਦੋ ਡੰਗਟ ਗਲਤ ਹੋਇਆ ਸਾਈਡ ਤੇ ਬੰਨੇ ਆਏ ਨਹੀਂ ਪਾਣਾ ਨਹੀਂ ਦੇਣਾ ਦੋਸਤਾਂ ਨੂੰ ਜਦੋਂ ਤੱਕ ਠੀਕ ਨਾ ਹੋਏ8 ਦੇ ਚਿਹਰੇ ਦੀ ਖੂਬਸੂਰਤੀ ਬਰੀਕੀ ਵੇਖਣੀ ਹੈ ਕਾਲੀਆਂ ਅੱਖਾਂ ਨੇ ਦੋਵਾਂ ਅੱਖਾਂ ਦੀ ਰੰਗਤ ਵੀ ਸੇਮ ਹੈ ਟੋਰੇ ਭਾਈ ਜਾਨ ਪਹਿਲੇ ਨੇ ਜੀ ਮਾਸ਼ਾਅੱਲਾ ਜੀ ਗੱਬਣ ਹੈ ਟੋਰੇ ਭਾਈ ਜਾਨ ਲਿਬਾਸ ਡੱਬਾ ਲਾਵੇ ਸੁਆ ਪਹਿਲਾ ਸੋਨਾ ਵੇ ਮਾਸ਼ਾਅੱਲਾ ਜੀ ਦਿਨ ਕਿੰਨੇ ਲੈ ਰਹੀ ਹੈ ਦਿਨ ਕੋਈ 5-6 ਲੈਗੀ ਅੰਦਾਜ਼ਾ ਨਹੀਂ ਹੈ ਕੋਈ 2-4 ਉੱਤੇ ਥੱਲੇ ਹੋ ਸਕਦੇ ਨੇ ਮਾਸ਼ਾਅੱਲਾ ਜੀ ਸੁਬਾ ਇੱਕ ਗੱਲ ਇਹ ਕਿ ਚੱਡੇ ਆਇਆ ਨਹੀਂ ਮੀਆਂ ਥੱਲੇ ਰਾਤੀ ਮਾਨੀ ਗੱਲ ਰਾਤੀ ਕੋ 12-1 ਵਜੇ ਦਾ ਟਾਈਮ ਲੱਥੀਆਂ ਨੇ ਕਿ ਅਮੜਿਆਂ ਨੀਂਦਰ ਵੀ ਨਹੀਂ ਪੂਰੀ ਹੋਈ ਰਾਤੀ 12-1 ਵਜੇ ਲੱਥੀਆਂ ਨੇ ਮੀਆਂ 11-12 ਕੁਝ ਉਹ ਬੱਦੀਆਂ ਨੇ ਕੋਈ ਬਾਹਰ ਬੱਦੀਆਂ ਨੇ ਅੱਛਾ 2 ਗੱਡੀਆਂ ਦੇ ਮਾਲ ਆਇਆ ਨੀਂਦਰ ਦੇ ਬੰਦੇ ਨਹੀਂ ਪੂਰੀ ਹੋਈ ਕਿ ਆਈਏ ਵਿਚਾਰੀਆਂ ਥੱਕੀਆਂ ਨੇ ਆਪਣੇ ਆਪ ਵੇਖੋ ਸੂਚੋਕ ਸਹੀ ਨੇ ਠੀਕ ਇੱਥੇ ਚੱਡਾ ਪਿੱਛੇ ਤੋਂ ਖੁਸ਼ਲ ਬ੍ਰੇਕ ਲਾ ਭਾਈ ਜਾਨ ਸੁਬਾ ਪਹਿਲਾ ਸੁਣਾ ਮੈਂ ਦਿਨ ਤਕਰੀਬਨ ਕੋਈ 5-6 ਲਿੰਦੀ ਹੈ ਭਾਈ ਨੰਬਰ 8 ਦੇ ਚੱਕ ਭਾਈ ਭਾਈ ਜਾਨ ਲੰਮੀ ਟੋਰ ਕੇ ਲਾ ਚਲੋ ਮਾਸ਼ਾਅੱਲਾ ਜੀ ਕਿੰਨੇ ਦਾ ਦੇ ਭਾਈ ਯਾਸੀਨ ਸਾਹਿਬ ਹੈ ਮਾਲ ਅੱਲਾ ਦੀ ਮਿਹਰਬਾਨੀ ਨਾਲ ਮਾਲਾ ਨਹੀਂ ਲਿਆਉਣਾ ਨਸਲੀ ਸੁਬਾ ਦੀ ਲਿਆਉਣਾ ਠੀਕ ਹੈ ਜੀ ਹਾਂਜੀ ਕਿੰਨੇ ਦਾ ਦੇ ਭਾਈ ਯਾਸੀਨ ਸਾਹਿਬ ਹੈ ਇਹ ਪੂਰੀ ਦੇ ਜਵਾਨ ਹੈ ਵੀ ਜਵਾਨ ਕੀ ਰੇਟ ਹੈ ਜੀ ਝੋਟੀ ਨੰਬਰ 8 ਦਾ 4,40,000 ਪਹਿਲੇ ਨੇ ਵੀਡੀਓ ਚ ਰੇਟ ਹੋਏਗਾ ਅਗਲੀ ਵੀਡੀਓ ਰੇਟ ਗੱਬਾ ਨੇ ਅੱਜ ਦੀ ਵੀਡੀਓ ਦਾ ਰੇਟ ਹੈ 4,40,000 ਅੱਗੇ ਭਾਈ ਲਾਓ ਜੀ ਨੰਬਰ 9 ਵਾਲੀ ਅੱਗੇ ਆ ਗਈ ਮਾਸ਼ਾਅੱਲਾ ਜੀ ਨੰਬਰ 9 ਤੇ ਅਭੀ ਪਹਿਲਨ ਕਾਦਾਵਰ ਪੂਰੀ ਕਬੂਤਰੀ ਮਾਸ਼ਾਅੱਲਾ ਜੀ ਖਿਲਾ ਰਹੇ ਜ਼ਰਾ ਸਿੰਘੀਆਂ ਦੋਸਤਾਂ ਨੂੰ ਚੈੱਕ ਕਰਾਓ ਦੋਂਗਣਾ ਲਾਲ ਜੜਾ ਨਾ ਛੁੱਪ ਜਾਂਦੀਆਂ ਨੇ ਬਿੱਲੀਆਂ ਅੱਖਾਂ ਨੇ ਦੋਵਾਂ ਅੱਖਾਂ ਦੀ ਰੰਗਤ ਵੀ ਸੇਮ ਹੈ ਸਿੰਘੀਆਂ ਵਿੱਚ ਛੋਟੀਆਂ ਛੋਟੀਆਂ ਨੇ ਪਹਿਲਨ ਝੋਟੀ ਹੈ ਨੰਬਰ 9 ਤੇ ਚੈੱਕ ਕਰਵਾਉਣੇ ਆ ਚਿਹਰੇ ਦੀ ਖੂਬਸੂਰਤੀ ਬਰੀਕੀ ਦੋਸਤਾਂ ਵੇਖਣੀ ਹੈ ਇਹ ਭਾਈ ਯਾਸੀਨ ਸਾਹਿਬ ਦੀ ਮਿਹਨਤ ਕਿੰਨੇ ਦੰਦ ਭਾਈ ਯਾਸੀਨ ਸਾਹਿਬ ਹੈ ਚੌਗੀ ਜੇ 4 ਦੰਦ ਭਾਈ ਜਾਨ ਢੋਰ ਕੇ ਲਿਆਓ ਗੱਬਾ ਨੇ ਚਾਰ ਦੰਦ ਗੱਬਾ ਨੇ ਜੀ ਠੀਕ ਹੈ ਬਾਈ ਲੰਮੀ ਢੋਰੇ ਜ਼ਰਾ ਸੁਬਾ ਪਹਿਲਾ ਸੋਨਾ ਮਾਸ਼ਾਅੱਲਾ ਜੀ ਪੂਰੀ ਸ਼ਾਨਦਾਰ ਗੌਰ ਕਰ ਲੈਣਾ ਮੈਂ ਲੈ ਚਲੋ ਮਾਸ਼ਾਅੱਲਾ ਜੀ ਲੰਮੀ ਟੋਰ ਕੇ ਨੰਬਰ 9 ਤੇ ਬਿਲਕੁਲ ਜੀ ਗਰਦਨ ਬਰੀਕ ਮਾਸ਼ਾਅੱਲਾ ਜੇਬ ਚ ਨਹੀਂ ਪਾਣੀ
ਠੀਕ ਹੈ ਉਂਝ ਹੀ ਨਜ਼ਰ ਆਉਂਦੀ ਕੀ ਰੇਟ ਹੈ ਜੀ ਝੋਟੀ ਨੰਬਰ 9 ਦਾ ਹੁਸਨ ਬੜਾ ਵੇ ਦਾ ਪੰਜ ਕਲਿਆਣ ਹੈ ਬੱਲੀ ਝੋਟੀ ਮਾਸ਼ਾਲਾ ਜੀ ਲਿਆ ਬਾਈ ਜਾਨ ਢੋਲ ਕੇ ਜ਼ਰਾ ਆਹ ਵੀ ਪਹਿਲਾਂ ਨੇ ਜੀ ਚਿਹਰੇ ਦੀ ਖੂਬਸੂਰਤੀ ਵੇਖਣੀ ਹੈ ਕਿਆ ਬਾਤ ਹੈ ਮਾਸ਼ਾਲਾ ਜੀ ਅੱਜ ਦੀ ਵੀਡੀਓ ਦਾ ਬ੍ਰਾਂਡ ਹੀ ਹੈ ਦੋਸਤਾਂ ਝੋਟੀ ਵੇਖ ਕੇ ਮਾਸ਼ਾਲਾ ਦਾ ਕਮੈਂਟ ਲਾਜ਼ਮੀ ਕਰਨਾ ਵੇ ਪਹਿਲਾਂ ਝੋਟੀ ਚਵੇਂ ਪੈਰ ਦੇ ਤੂੰ ਚੇਨ ਹੈ ਇਹ ਆ ਵੀ ਪੰਜ ਕਲਿਆਣ ਨੇ ਪਰਲਾ ਵੀ ਤੂੰ ਚਾਹ ਕੇ ਨਹੀਂ ਤੋਰ ਹਾਂ ਭਾਈ ਜਾਨ ਸੁਬਾ ਪਹਿਲਾ ਸੋਨਾ ਮਾਸ਼ਾਲਾ ਜੀ ਕਿੰਨੇ ਕੁ ਦਿਨ ਲੈ ਰਹੀ ਹੈ ਸੱਤ ਅੱਠ ਦਿਨ ਲੈਂਦੀ ਹੈ ਭਾਈ ਖਿਲਾਰੋ ਜ਼ਰਾ ਦੀ ਖੂਬਸੂਰਤੀ ਚੈੱਕ ਕਰਵਾਈ ਇੱਥੇ ਖਿਲਾਰੋ ਜ਼ਰਾ ਇਹ ਚੈੱਕ ਕਰੋ ਮਾਸ਼ਾਲਾ ਜੀ ਵੈਸੇ ਡੇਰੇ ਤੋਂ ਸਭ ਤੋਂ ਖੂਬਸੂਰਤ ਝੋਟੀ ਹੈ ਅਜੇ ਪਿੱਛੇ ਬੁਰੀ ਵੀ ਆ ਰਹੀ ਹੈ ਪੰਜ ਕਲਿਆਣ ਲੇਕਿਨ ਇਹਦਾ ਹੁਸਨ ਬੜਾ ਵੇ ਹੁਸਨ ਵੇਖਣਾ ਵੇ ਮਾਸ਼ਾਲਾ ਜੀ ਜਿਹੜੇ ਡੇਰੇ ਤੇ ਹੋਏ ਦੀ ਉਸ ਡੇਰੇ ਦੀ ਰੌਣਕ ਸ਼ਾਨ ਹੈ ਖਿਲਾਰਨੀ ਭਾਈ ਜਾਨ ਇੱਥੇ ਸੁਬਾ ਪਹਿਲਾਂ ਸੁਣਾ ਵੇ ਲਿਬਾਸ ਡੱਬਾ ਲਾ ਪੰਜ ਕਲਿਆਣ ਮਾਸ਼ਾਲਾ ਜੀ ਦਿਨ ਕਿੰਨੇ ਦੱਸੇ ਭਾਈ ਯਾਸੀਨ ਸਾਹਿਬ ਚਾਰ ਤੋਂ ਪੰਜ ਦਿਨ ਲੈਂਦੀ ਹੈ ਬਿੱਲੀਆਂ ਅੱਖਾਂ ਨੇ ਦੋਵਾਂ ਅੱਖਾਂ ਦੀ ਰੰਗਤ ਵੀ ਸੇਮ ਹੈ ਮਾਸ਼ਾਲਾ ਜੀ ਕਿੰਨੇ ਦੰਦ ਆ ਚਾਰ ਦੰਦ ਜੀ ਤੋਰ ਭਾਈ ਜਾਨ ਇਹ ਮਾਸ਼ਾਲਾ ਜੀ ਹਲਕੀ ਜੀ ਧੁਨੀ ਨੂੰ ਲੋਅ ਕੀਤੀ ਹੈ ਥਾਣੀ ਦੋਸਤਾਂ ਵੇਖ ਲੈਣੇ ਨੇ ਦਿਨ ਤਕਰੀਬਨ ਕੋਈ ਚਾਰ ਤੋਂ ਪੰਜ ਲੈਂਦੀ ਹੈ ਭਾਈ ਅੱਜ ਦੀ ਵੀਡੀਓ ਦਾ ਬ੍ਰਾਂਡ ਹੈ ਪਹਿਲਾਂ ਪਿਓਰ ਨੀਲੀ ਦੀ ਝੋਟੀ ਪੁੱਠਾ ਵੀ ਦੋਸਤਾਂ ਚੈੱਕ ਕਰਵਾ ਦਿੰਦੇ ਹਾਂ ਮਾਸ਼ਾਲਾ ਜੀ ਅਤੇ ਲਿਬਾਸ ਵੀ ਦੋਸਤਾਂ ਵੇਖਣਾ ਵੇ ਇਹ ਨੀਲੀ ਦੇ ਬਟਨ ਵੀ ਨਜ਼ਰ ਆਉਂਦੇ ਨੇ ਬੰਨੋ ਭਾਈ ਜਾਨਾਂ ਨੂੰ ਕੈਮਰੇ ਜ਼ਰਾ ਡਰਦੀ ਬੰਨੋ ਭਾਈ ਜਾਨ ਸਿੰਗੀਆਂ ਛੋਟੀਆਂ ਹੁਸਨ ਕਾਫੀ ਕੀ ਰੇਟ ਹੈ ਭਈਆ ਸੀ ਇਹਨਾਂ ਦੇ ਹੁਸਨ ਦਾ ਹੀ ਰੇਟ ਲਾਉਣਾ ਅਤੇ ਰੇਟ ਲਾਉਣਾ ਸੋਹਣਾ ਵੇ ਰੇਟ ਤਾਂ ਲਾਈਏ ਜੀ ਸੋਹਣਾ ਜਿਹਾ ਚਿਹਰੇ ਦੀ ਖੂਬਸੂਰਤੀ ਬੜੀ ਹੈ ਥਾਣਾ ਦੋਸਤਾਂ ਚੈੱਕ ਕਰਵਾ ਦਿੰਦੇ ਆ ਥਾਣਾ ਦੇ ਵੀ ਮਾਸ਼ਾਲਾ ਜੀ ਸੋਹਣੇ ਮੁੱਠੀ ਲੱਗੇ ਨੇ ਕੀਮਤ 4,60,000 ਠੀਕ ਹੈ ਜੀ ਅੱਗੇ ਲਿਆਓ ਜੀ ਨੰਬਰ 11 ਲਈ ਪੂਰੀ ਬ੍ਰਾਂਡ ਛੋਟੀ ਹੈ ਮਾਸ਼ਾਲਾ ਜੀ ਅੱਗੇ ਆ ਗਈ ਮਾਸ਼ਾਲਾ ਜੀ ਨੰਬਰ 11 ਦੀ ਇਹ ਜੋੜਾ ਹੀ ਨਾਮੀ ਹੈ ਜੀ ਚਾਰ ਦੰਦ ਖਿਲਾਰੇ ਭਾਈ ਜਾਨ ਬੁਰੇ ਰੰਗ ਚ ਪੰਜ ਕਲਿਆਣ ਲਿਬਾਸ ਦਾ ਵੀ ਡੱਬਾ ਲਾ ਜੋੜਾ ਹੀ ਬ੍ਰਾਂਡ ਹੈ ਜੀ ਨੰਬਰ 10 ਤੇ ਨੰਬਰ 11 ਵਾਲੀ ਜਿਹੜੀ ਝੋਟੀ ਭਾਈ ਯਾਸੀਨ ਝੋਟੀ ਤੁਸੀਂ ਉਹ ਵੀ ਖੋਲਿਆ ਜ਼ਰਾ ਇਕੱਠੀਆਂ ਦਾ ਸ਼ੋਕਰ ਭਾਈ ਇਹ ਮਾਸ਼ਾਲਾ ਜੀ ਚਿਹਰਾ ਵੀ ਦੋਸਤਾਂ ਵੇਖਣਾ ਵੇ ਬਿੱਲੀਆਂ ਅੱਖਾਂ ਨੇ ਬੱਗੀ ਮੁੱਛੇ ਅਗਲੇ ਪੈਰ ਵੀ ਵਾਜਿਆ ਤੂੰ ਚੇਨੇ ਪਿਛਲੇ ਪੈਰ ਵੀ ਵਾਜਿਆ ਤੂੰ ਚੇਨੇ ਲਿਬਾਸ ਦਾ ਵੀ ਡੱਬਾ ਲਾਵੇ ਆ ਵੀ ਪੰਜ ਕਲਿਆਣ ਬੁਰੇ ਰੰਗ ਚ ਪਹਿਲਾਂ ਨੇ ਜੀ ਲਿਆਓ ਵੀ ਜ਼ਰਾ ਟੋਰ ਕੇ ਕਿੰਨੇ ਦੰਦ ਇਹ ਵੀ ਚਾਰ ਦੰਦ ਥਾਨ ਦੋਸਤਾਂ ਦੇ ਵੇਖਣੇ ਨੇ ਮਾਸ਼ਾਲਾ ਜੀ ਧੁਨੀ ਨਾ ਉਹਦੇ ਬਰਾਬਰ ਕੋਲੀ ਵੀ ਦੋਸਤਾਂ ਵੇਖ ਲੈਣੀ ਹੈ ਲਿਬਾਸ ਦਾ ਵੀ ਡੱਬਾ ਲੈ ਹਲਕੀ ਜੀ ਭਾਈ ਟੋਰ ਕੇ ਲਿਆਉਣੀ ਹੈ ਦਿਨ ਕਿੰਨੇ ਕਲੈਰੀ ਭਾਈ ਯਾਸੀਨ ਹੈ ਪੰਜ ਸੱਤ ਇਕੱਠੀਆਂ ਲਿਆਓ ਜ਼ਰਾ ਉੱਥੇ ਨਾਲ ਲੈ ਕੇ ਆਓ ਜੀ ਮਾਸ਼ਾਲਾ ਜੀ ਇਹ ਵੀ ਦਿਨ ਤਕਰੀਬਨ ਕੋਈ 5-7 ਲੈਂਦੀ ਹੈ ਵੀ ਜਿਹੜੀ ਨੰਬਰ 10 ਤੇ ਚੈੱਕ ਕਰਵਾਈਏ ਉਹ ਵੀ ਦਿਨ ਕੋਈ 5-7 ਲੈਂਦੀ ਹੈ ਵੀ ਲਿਬਾਸ ਨੇ ਵੀ ਸੋਹਣਾ ਕਰਨਾ ਇਨਸ਼ਾਲਾ ਫਿਲਹਾਲ ਤਾਂ ਕੱਚੀ ਹੈ ਪੁੱਠਾ ਵੀ ਦੋਸਤਾਂ ਚੈੱਕ ਕਰਵਾ ਦਿੰਦੇ ਹਾਂ ਲਿਆ ਜ਼ਰਾ ਜੋੜਾ ਇਹ ਵੇ ਮਾਸ਼ਾਲਾ ਜੀ ਅੱਜ ਦੀ ਵੀਡੀਓ ਦਾ ਬ੍ਰਾਂਡ ਜੋੜਾ ਵੇ ਇਹ ਝੋਟੀ ਨੰਬਰ 10 ਹੈ ਭਾਈ ਯਾਸੀਨ ਸਾਹਿਬ ਕੋਲ ਕਾਲੇ ਰੰਗ 'ਚ ਪੰਜ ਕਲਿਆਣ ਭਾਈ ਹਸਨੈਨ ਕੋਲ ਬੁਰੇ ਰੰਗ 'ਚ ਪੰਜ ਕਲਿਆਣ ਮਾਸ਼ਾਲਾ ਜੀ ਦੋਵੇਂ ਪਹਿਲਨ ਨੇ ਦੋਵੇਂ ਗੱਬਣ ਨੇ ਦੋਵੇਂ ਚਾਰ ਚਾਰ ਦੰਦ ਨੇ ਮਾਸ਼ਾਲਾ ਜੀ ਅੱਜ ਦੀ ਵੀਡੀਓ ਦੀਆਂ ਬ੍ਰਾਂਡ ਝੋਟੀਆਂ ਨੇ ਭਾਈ ਜ਼ਰਾ ਆਪ ਹੀ ਪਰਲੇ ਹੱਥ ਹੋ ਕੇ ਲੰਮੀ ਟੋਰਨੀ ਭਾਈ ਯਾਸੀਨ ਚੱਸ ਕਰਵਾਉਣੀ ਹੈ ਆਪ ਹੀ ਪਰਲੇ ਹੱਥ ਹੋਣਾ ਜ਼ਰਾ ਇਹ ਮਾਸ਼ਾਲਾ ਜੀ ਟੋਰ ਵੇਖਣੀ ਹੈ ਟੋਰਨ ਵਾਲੀ ਚੀਜ਼ਾਂ ਹੈ ਹੀ ਨਵਾਬ ਨੇ ਫਿਰ ਜ਼ਰਾ ਪਰਤਾ ਕੇ ਲਿਆਇਆ ਅੱਜ ਪਰਤਾ ਕੇ ਲਿਆਇਆ ਭਾਈ ਜਾਨ ਜ਼ਰਾ ਪਰਤਾ ਕੇ ਲਿਆਇਓ ਜੀ ਦੋਵੇਂ ਗੱਬਣ ਦੋਵੇਂ ਪਹਿਲਨ ਦੋਵੇਂ ਪੰਜ ਕਲਿਆਣ ਦਿਨ ਤਕਰੀਬਨ ਕੋਈ 5-5, 7-7 ਲੈਂਦੀਆਂ ਨੇ ਮਾਸ਼ਾਲਾ ਜੀ ਹੁਸਨ ਬੜਾ ਕੁਆਲਿਟੀ ਬੜੀ ਹੈ ਮਾਸ਼ਾਲਾ ਜੀ ਇਹਦਾ ਚਿਹਰਾ ਝੋਟੀ ਦਾ ਵੇਖਣਾ ਨੰਬਰ 10 ਵਾਲੀ ਹੈ ਲਿਆਓ ਭਾਈ ਜਾਨ ਜ਼ਰਾ ਟੋਰ ਕੇ ਜੀ ਠੀਕ ਹੈ ਕੱਲੀ ਦਾ ਵੈਸੇ ਤੁਸੀਂ 4-60 ਲਾਇਆ ਵੇ ਠੀਕ ਹੈ ਨੰਬਰ 11 ਵਾਲੀ ਦਾ ਰੇਟ ਕੀ ਜੇ ਨੰਬਰ 11 ਇਹਦਾ 4,70,000 ਰੁਪਏ 4-70 ਠੀਕ ਹੈ 9-30 ਬਣ ਗਿਆ ਦੋਵਾਂ ਦਾ ਤੇ ਜੇ ਕੋਈ ਜੋੜਾ ਲਏ ਤੇ ਫਿਰ 9 ਲੱਖ ਠੀਕ ਹੈ ਜੇ ਅਗਰ ਕੋਈ ਦੋਸਤ ਜੋੜਾ ਲਏ ਤੇ ਫਿਰ ਕੀਮਤ ਹੋਈ ਇਹਦੀ 9 ਲੱਖ ਵੈਸੇ 9 ਲੱਖ ਤੇ 30,000 ਬਣਦਾ ਪਿਆ ਬਿਹਤਰ ਹੋ ਗਿਆ ਜੀ ਮਜ਼ੀਦ ਕੋਈ ਦੋਸਤਾਂ ਵਾਸਤੇ ਪੇਗਾਮ ਬਸ ਦੋਸਤ ਆਪ ਹੀ ਵੇਖ ਕੇ ਕਰਨ ਕਿ ਵਾਕਈ ਉਹ ਸ਼ੌਕ ਹੈ ਕਿ ਨਹੀਂ ਹੈ ਸ਼ੌਕ ਕਿਸੇ ਦਾ ਘਰ ਬਚਾਉਣ ਵਾਸਤੇ ਕਰੋ ਇੰਜ ਨਾ ਕਰੋ ਕਿਸੇ ਦਾ ਮਾਰੀ ਛੇੜੋ ਕੀ ਬਾਤ ਹੈ ਜੀ ਛੱਕਾ ਹੀ ਲਾ ਗਿਆ ਅੱਜ ਤੇ ਠੀਕ ਹੈ ਜੀ ਜੀ ਭਾਈ ਯਾਸੀਨ ਬਹੁਤ ਸ਼ੁਕਰੀਆ ਸ਼ੋਕਾ ਜਿਹਾ ਚੱਕਰਵਾ ਗਿਆ ਠੀਕ ਹੈ ਉਮੀਦ ਕਰਨੇ ਦੋਸਤਾਂ ਨੂੰ ਵੀਡੀਓ ਪਸੰਦ ਆਈ ਹੋਈ ਇਜਾਜ਼ਤ ਚਾਹੁੰਦੇ ਹਾਂ ਅੱਲਾ ਹਾਫਿਜ਼।